ਜਲੰਧਰ ਸਥਿਤ ADCP ਦਫ਼ਤਰ ਪਹੁੰਚੇ ਪਵਨ ਕੁਮਾਰ ਟੀ ਨੂੰ ਪੀੜਿਤ ਸ਼ਸ਼ੀ ਵੀ ਉਹਨਾਂ ਦੇ ਨਾਲ ਸ਼ਿਕਾਇਤ ਦਰਜ ਕਰਵਾਉਣ ਪਹੁੰਚੇ। ਬੀਤੀ ਰਾਤ ਕਿਸੇ ਕਾਰ ਨੂੰ ਲਗਾਈ ਸੀ ਅੱਗ, ਸਾਰੀ ਘਟਨਾ CCTV ਵਿੱਚ ਹੋਈ ਕੈਦ। ਭੁੱਖ ਹੜਤਾਲ ਤੇ ਬੈਠੇ ਕਾਂਗਰਸੀ ਨੂੰ ਮਿਲਣ ਪਹੁੰਚੇ ਰਾਜਾ ਵੜਿੰਗ। ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚੇ ਇੱਕ ਪੰਜਾਬ ਕਾਂਗਰਸ ਪ੍ਰਧਾਨ। ਕਿਸਾਨਾਂ ਦੇ ਰੋਕੋ ਰਸਤੇ ਨੂੰ ਲੈ ਕੇ ਕੇਂਦਰ ਸਰਕਾਰ ਤੇ ਸਾਧੇ ਨਿਸ਼ਾਨੇ। ਗੁਰਦਾਸਪੁਰ ਦੇ ਵਿੱਚ ਨੌਜਵਾਨ ਤੇ ਤੇਜ਼ ਹਥਿਆਰ ਨਾਲ ਹਮਲਾ। ਪੁਰਾਣੀ ਰੰਜਿਸ਼ ਨੂੰ ਲੈ ਕੇ 16 ਸਾਲਾ ਨੌਜਵਾਨ ਤੇ ਕੀਤਾ ਹਮਲਾ। ਦੂਜੀ ਧਿਰ ਦੇ ਵੱਲੋਂ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਨਕਾਰਿਆ। ਪੁਲਿਸ ਕਰ ਰਹੀ ਮਾਮਲੇ ਦੀ ਜਾਂਚ। ਸੁਜਾਨਪੁਰ ਦੇ ਪਾਰਕ ਦੇ ਵਿੱਚ ਟਲਿਆ ਵੱਡਾ ਹਾਦਸਾ। ਹਨੇਰੀ ਕਾਰਨ ਡਿੱਗਿਆ ਬਹੁਤ ਪੁਰਾਣਾ ਦਰਖਤ। ਸੜਕ ਤੇ ਰਾਹਗੀਰ ਨਾ ਹੋਣ ਕਾਰਨ ਵੱਡਾ ਹਾਦਸਾ ਹੋਣ ਤੋਂ ਟਲਿਆ। ਸ੍ਰੀ ਮੁਕਤਸਰ ਸਾਹਿਬ ਸੀਵਰੇਜ ਵਿਭਾਗ ਦੀ ਵੱਡੀ ਲਾਪਰਵਾਹੀ। ਹਾਈਵੇ ਤੇ ਬਣੇ ਵੱਡੇ ਖੱਡੇ ਵਿੱਚ ਡਿੱਗੇ ਦੋ ਮੋਟਰਸਾਈਕਲ ਸਵਾਰ। ਹਾਦਸੇ ਕਾਰਨ ਇੱਕ ਵਿਅਕਤੀ ਹੋਇਆ ਲਾਪਤਾ। ਮੌਕੇ ਤੇ ਪਹੁੰਚੇ ਰਾਜਾ ਵੜਿੰਗ ਦੇ ਮਾਮਾ ਹਰਚਰਨ ਸਿੰਘ ਬਰਾੜ। ਜਲੰਧਰ ਨਗਰ ਨਿਗਮ ਦੀ ਵੱਡੀ ਕਾਰਵਾਈ। ਫੁੱਟਪਾਥਾਂ ਤੇ ਕਬਜ਼ੇ ਕਰਨ ਵਾਲੇ ਦੁਕਾਨਦਾਰਾਂ ਖਿਲਾਫ਼ ਕਾਰਵਾਈ। ਫੁੱਟਪਾਥਾਂ ਦੀਆਂ ਦੁਕਾਨਾਂ ਦਾ ਸਮਾਨ ਕੀਤਾ ਜ਼ਬਤ। ਇੰਡੀਆ ਨਿਊਜ਼ ਪੰਜਾਬ ਦੀ ਖਬਰ ਦਾ ਅਸਰ। ਧੂਰੀ ਦੇ ਵਿੱਚ ਵਾਟਰ ਸਪਲਾਈ ਤੇ ਕਰਮਚਾਰੀਆਂ ਦੀ ਤਨਖਾਹ ਦਾ ਮਾਮਲਾ। ਪਿਛਲੇ ਦਿਨੀ ਧਰਨੇ ਦੀ ਖਬਰ ਕੀਤੀ ਸੀ ਪ੍ਰਕਾਸ਼ਿਤ। ਖਬਰ ਸਾਹਮਣੇ ਆਉਂਦੇ ਹੀ ਹੜਤਾਲ ਹੋਈ ਖਤਮ। ਜਲਾਲਾਬਾਦ ਦੇ ਪਿੰਡ ਪਾਕਾ ਦੇ ਵਿੱਚ ਡਬਲ ਮਰਡਰ। ਖੇਤ ਨੂੰ ਪਾਣੀ ਲਗਾਉਣ ਗਏ ਪਿਓ ਪੁੱਤ ਦਾ ਬੇਰਹਿਮੀ ਨਾਲ ਕਤਲ। ਦੋਹਾਂ ਨੂੰ ਗੋਲੀਆਂ ਮਾਰ ਕੇ ਤਾਰਿਆ ਮੌਤ ਦੇ ਘਾਟ। ਗੋਲੀਆਂ ਮਾਰਨ ਤੋਂ ਬਾਅਦ ਵੀ ਕਿਤੇ ਕਹੀ ਦੇ ਨਾਲ ਵਾਰ। ਭਵਾਨੀਗੜ੍ਹ ਨਾਭਾ ਰੋਡ ਤੇ ਨੌਜਵਾਨ ਤੇ ਹਮਲਾ। ਅਣਪਛਾਤੇ ਵਿਅਕਤੀਆਂ ਨੇ ਇੱਕ ਨੌਜਵਾਨ ਤੇ ਕੀਤਾ ਹਮਲਾ। ਹਮਲੇ ਤੋਂ ਬਾਅਦ ਕੈਸ਼ ਕਾਊਂਟਰ ਤੋਂ ਲੈ ਕੇ ਗਏ ਪੈਸੇ। ਪੁਲਿਸ CCTV ਦੇ ਆਧਾਰ ਤੇ ਕਰ ਰਹੀ ਕਾਰਵਾਈ। ਮੰਡੀ ਗੋਬਿੰਦਗੜ੍ਹ ਦੀ ਵਿਧੀ ਚੰਦ ਕਲੋਨੀ ਦੇ ਵਿੱਚ ਵਾਪਰਿਆ ਹਾਦਸਾ। ਲੋਹੇ ਦਾ ਗੇਟ ਡਿੱਗਣ ਦੇ ਨਾਲ ਮਜ਼ਦੂਰ ਦੀ ਮੌਤ। ਗੋਦਾਮ ਦਾ ਸਲਾਈਡਰ ਮੇਨ ਗੇਟ ਖੋਲਣ ਸਮੇਂ ਵਾਪਰਿਆ ਹਾਦਸਾ। ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਹੋਈ ਮੌਤ। ਅੰਮ੍ਰਿਤਸਰ ਦੇ ਪਿੰਡ ਮਾਛੀ ਨੰਗਲ ਦੇ ਨੌਜਵਾਨ ਦੀ ਭੇਤ ਪ੍ਰਹਿਲਾਤਾ ਦੇ ਵਿੱਚ ਮਿਲੀ ਲਾਸ਼। ਦੋਸਤਾਂ ਦੇ ਨਾਲ ਜਨਮਦਿਨ ਦੀ ਪਾਰਟੀ ਕਰਨ ਗਿਆ ਸੀ ਨੌਜਵਾਨ। ਦੇਰ ਰਾਤ ਭਾਲ ਕਰਨ ਤੇ ਪਿੰਡ ਪੁਤਲੀ ਨੇੜਿਓਂ ਮਿਲੀ ਲਾਸ਼। ਨਵਜੋਤ ਕੌਰ ਸਿੱਧੂ ਨਾਲ ਪਟਿਆਲਾ ਵਿਖੇ ਫਿਲਮ ਦੇਖਣ ਪਹੁੰਚੇ ਨਵਜੋਤ ਸਿੰਘ ਸਿੱਧੂ। ਕੈਂਸਰ ਤੋਂ ਬਾਅਦ ਨਵਜੋਤ ਕੌਰ ਦੀ ਪਹਿਲੀ ਪਬਲਿਕ ਅਪੀਅਰੈਂਸ। ਗਾਇਕ ਕਰਨ ਔਜਲਾ ਦੀ ਗੱਡੀ ਪਲਟੀ। ਗਾਣੇ ਦੀ ਸ਼ੂਟਿੰਗ ਦੌਰਾਨ ਕਾਰ ਹਾਦਸੇ ਦਾ ਸ਼ਿਕਾਰ। ਹੂ ਦੇ ਗਾਣੇ ਦੇ ਸ਼ੂਟ ਦੌਰਾਨ ਪਲਟੀ ਕਾਰ। ਖਰੜ ਤੋਂ ਸਾਹਮਣੇ ਆਈ ਦਿਲ ਦਹਿਲਾ ਦੇਣ ਵਾਲੀ ਖਬਰ। ਨੌਜਵਾਨ ਨੇ ਪਾਣੀ ਦੀ ਟੈਂਕੀ ਤੋਂ ਹੇਠਾਂ ਮਾਰੀ ਛਾਲ। ਛਾਲ ਮਾਰਨ ਦੇ ਕਾਰਨ ਨੌਜਵਾਨ ਦੀ ਹੋਈ ਮੌਤ। ਬੀਬੇ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਨੌਜਵਾਨ। ਗੁਰਦਾਸਪੁਰ ਫਤਿਹਗੜ੍ਹ ਚੂੜੀਆਂ ਵਿਖੇ ਬਲਬੀਰ ਪੰਨੂ ਨੇ ਬੱਚਿਆਂ ਨੂੰ ਬੂਟੇ ਲਗਾਉਣ ਦੇ ਲਈ ਕੀਤਾ ਪ੍ਰੇਰਿਤ। ਚੇਅਰਮੈਨ ਬਲਬੀਰ ਸਿੰਘ ਪੰਨੂ ਨੇ ਕਿਹਾ ਬੂਟਿਆਂ ਦੀ ਸਾਂਭ ਸੰਭਾਲ ਕਰਨਾ ਬਹੁਤ ਜ਼ਰੂਰੀ। ਆਜ਼ਾਦ ਵਿੱਚ ਦਿਨੋ ਦਿਨ ਵਧਦੇ ਜਾ ਰਹੇ ਸਬਜ਼ੀ ਦੇ ਰੇਟ। ਦੁਕਾਨਦਾਰ ਅਤੇ ਆਮ ਲੋਕ ਹੋ ਰਹੇ ਪਰੇਸ਼ਾਨ। ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋਈਆਂ ਸਬਜ਼ੀਆਂ। SGPC ਦੇ ਮੁਲਾਜ਼ਮ ਨੇ ਬਣਾਈ ਸ੍ਰੀ ਹਰਿਮੰਦਰ ਸਾਹਿਬ ਦੀ ਪੇਂਟਿੰਗ। ਡਿਊਟੀ ਤੋਂ ਬਾਅਦ ਘਰ ਰਹਿ ਕੇ ਇੱਕ ਘੰਟਾ ਰੋਜ਼ ਕਰਦਾ ਹੈ ਪੇਂਟਿੰਗ।
ਚਿੱਟੀ ਮੱਖੀ ਦੇ ਖਤਰੇ ਦਾ ਸਾਹਮਣਾ ਕਰ ਰਹੀ ਨਰਮੇ ਦੀ ਫਸਲ, ਇਸ ਸੰਬੰਧੀ ਕਿਸਾਨਾਂ ਨੂੰ ਵੀ ਕੀਤਾ ਜਾ ਰਿਹਾ ਜਾਗਰੂਕ। ਫਸਲ ਤੇ ਨਿੰਮ ਤੇ ਕੈਮੀਕਲ ਦਾ ਛਿੜਕਾਅ ਕਰਨ ਦੀ ਕੀਤੀ ਅਪੀਲ। ਪਚਾਲਾ ਦੇ SST ਇਲਾਕੇ ਦੇ ਵਿੱਚ ਨੌਕਰਾਣੀ ਨੇ ਲੁੱਟਣ ਦੇ ਲਈ ਰਚੀ ਸਾਜ਼ਿਸ਼, ਖਾਣੇ ਵਿੱਚ ਮਿਲਾਈ ਬੇਹੋਸ਼ੀ ਦੀ ਦਵਾਈ, ਮਾਲਕ ਅਤੇ ਉਸਦੇ ਪੁੱਤਰ ਨੂੰ ਕੀਤਾ ਬੇਹੋਸ਼। ਗੁਰਦਾਸਪੁਰ ਦੇ ਵਿੱਚ ਬੀੜੀ ਪੀਣ ਤੋਂ ਰੋਕਣ ਤੇ ਨਿਹੰਗ ਤੇ ਨੌਜਵਾਨ ਵਿਚਾਲੇ ਝਗੜਾ, ਪ੍ਰਵਾਸੀ ਵਿਅਕਤੀ ਨੂੰ ਝਗੜਾ ਛੁਡਾਉਣਾ ਪਿਆ ਮਹਿੰਗਾ, ਨਿਹੰਗ ਸਿੰਘਾਂ ਦੇ ਵੱਲੋਂ ਨੀਰਜ ਵਰਮਾ ਦੇ ਮਾਰਿਆ ਗਿਆ ਥੱਪੜ। ਨਾਭਾ ਦੇ ਵਿੱਚ ਦੋ ਸਾਈਕਲ ਚੋਰਾਂ ਨੂੰ ਸਾਈਕਲ ਚੋਰੀ ਕਰਦੇ ਕੀਤਾ ਕਾਬੂ, ਚੋਰਾਂ ਨੂੰ ਕਾਬੂ ਕਰਕੇ ਕੀਤੀ ਗਈ ਕੁੱਟਮਾਰ, ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ। ਬਰਨਾਲਾ ਵਿੱਚ ਚੋਰਾਂ ਦੇ ਹੌਸਲੇ ਬੁਲੰਦ, ਪੁਲਿਸ ਸਟੇਸ਼ਨ ਤੋਂ 2 ਮਿੰਟ ਦੂਰੀ ਤੇ ਹੋਈ ਚੋਰੀ, ਸਦਰ ਬਾਜ਼ਾਰ ਦੀਆਂ 2 ਮੁੱਖ ਦੁਕਾਨਾਂ ਵਿੱਚ ਕੀਤੀ ਚੋਰੀ। ਹੜ੍ਹ ਦੀ ਸਥਿਤੀ ਨਾਲ ਨਿਪਟਣ ਦੇ ਲਈ ਫਿਰੋਜ਼ਪੁਰ ਪ੍ਰਸ਼ਾਸਨ ਤਿਆਰ, ਫਿਰੋਜ਼ਪੁਰ ਪ੍ਰਸ਼ਾਸਨ ਨੇ ਹੜ੍ਹ ਰੋਕੂ ਪ੍ਰਬੰਧ ਕੀਤੇ, ਫਿਰੋਜ਼ਪੁਰ ਦੇ ਵਿੱਚ ਸਥਾਪਿਤ ਕੀਤਾ ਗਿਆ ਕੰਟਰੋਲ ਰੂਮ। ਨਸ਼ਿਆਂ ਖਿਲਾਫ਼ ਸੰਗਰੂਰ ਮੁਹਿੰਮ ਨੇ ਵਿਡੀ ਮੁਹਿੰਮ, ਜ਼ਿੰਦਗੀ ਨੂੰ ਹਾਂ ਨਸ਼ਿਆਂ ਨੂੰ ਨਾ ਮੁਹਿੰਮ, ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ। ਦਿਨ ਦਿਹਾੜੇ ਘਰ ਦੇ ਵਿੱਚ ਔਰਤ ਦਾ ਗੋਲੀਆਂ ਮਾਰ ਕੇ ਕਤਲ, ਇਨਸਾਫ਼ ਦੇ ਲਈ ਪਤੀ ਕੱਢ ਰਿਹਾ ਰੋ ਰੋ ਕੇ ਪੁਲਿਸ, ਦਿਹਾੜੇ ਪਿੱਛੇ ਰਹਿ ਗਿਆ 4 ਮਹੀਨੇ ਦਾ ਬੇਟਾ ਦੇ 4। ਨਸ਼ਾ ਵੇਚਣ ਵਾਲਿਆਂ ਨੂੰ DIG ਪਟਿਆਲਾ ਦੀ ਚੇਤਾਵਨੀ, ਨਸ਼ਾ ਵੇਚਣ ਵਾਲਿਆਂ ਦੀ ਪ੍ਰਾਪਰਟੀਆਂ ਕੀਤੀਆਂ ਜਾਣਗੀਆਂ ਫਰੀਜ਼, ਨਸ਼ਾ ਵੇਚਦੇ ਫੜੇ ਜਾਣ ਤੇ ਹੋਵੇਗੀ ਉਮਰ ਕੈਦ। ਭਾਰਤ ਸਮੇਤ ਦੁਨੀਆ ਭਰ ਦੀਆਂ ਹਵਾਈ ਸੇਵਾਵਾਂ ਪ੍ਰਭਾਵਿਤ, ਸਪਾਈਸਜੈਟ, ਇੰਡੀਗੋ ਸਣੇ ਕਈ ਕੰਪਨੀ ਦੀਆਂ ਉਡਾਨਾਂ ਰੱਦ, ਏਅਰਲਾਈਨਸ ਦੇ ਜਹਾਜ਼ ਨਹੀਂ ਭਰ ਪਾ ਰਹੇ ਉਡਾਨ, ਸਰਵਰ ਦੇ ਵਿੱਚ ਖਰਾਬੀ ਕਾਰਨ ਨਹੀਂ ਭਰ ਪਾ ਰਹੇ ਉਡਾਨ। ਕੈਨੇਡਾ ਜਾਣ ਵਾਲੇ ਸਟੂਡੈਂਟਸ ਨੂੰ ਟਰੂਡੋ ਸਰਕਾਰ ਦੀ ਚੇਤਾਵਨੀ, ਕੈਨੇਡਾ ਦੇ ਸਿਟੀਜ਼ਨਸ਼ਿਪ ਮੰਤਰੀ ਮਾਰਕ ਮਿਲਰ ਦਾ ਬਿਆਨ। ਏਅਰ ਇੰਡੀਆ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਤਕਨੀਕੀ ਖਰਾਬੀ ਕਾਰਨ ਰੂਸ ਦੇ ਵਿੱਚ ਲੈਂਡਿੰਗ, ਦਿੱਲੀ ਤੋਂ ਸੈਨ ਫਰਾਂਸਿਸਕੋ ਜਾ ਰਹੀ ਸੀ ਫਲਾਈਟ। ਸਟੱਡੀ ਪਰਮਿਟ PR ਦੇ ਲਈ ਬਿਲਕੁਲ ਵੀ ਰਾਹ ਨਹੀਂ ਖੋਲਦਾ, ਪੜ੍ਹਾਈ ਪੂਰੀ ਕਰਕੇ ਸਟੂਡੈਂਟਸ ਨੂੰ ਵਾਪਸ ਘਰ ਚਲੇ ਜਾਣਾ ਚਾਹੀਦਾ, ਸਟੂਡੈਂਟਸ ਨੂੰ ਆਪਣੇ ਦੇਸ਼ 'ਚ ਹੁਨਰ ਦੀ ਵਰਤੋਂ ਕਰਨੀ ਚਾਹੀਦੀ। ਜੰਮੂ ਕਸ਼ਮੀਰ ਦੇ ਰਾਜੌਰੀ ਦੇ ਵਿੱਚ LOC ਨੇੜੇ ਸ਼ੱਕੀ ਹਲਚਲ, ਹਲਚਲ ਤੋਂ ਬਾਅਦ ਫੌਜ ਨੇ ਕੀਤੀ ਗੋਲੀਬਾਰੀ, ਫੌਜ ਦੇ ਵੱਲੋਂ ਸਰਚ ਆਪਰੇਸ਼ਨ ਜਾਰੀ। ਕਰਨਾਟਕ ਭਾਜਪਾ ਨੇ ਘੁਟਾਲੇ ਨੂੰ ਲੈ ਕੇ ਕਰਨਾਟਕ ਕਾਂਗਰਸ ਵਿਰੁੱਧ ਕੀਤਾ ਪ੍ਰਦਰਸ਼ਨ, ਮਹਾਰਿਸ਼ੀ ਵਾਲਮੀਕਿ ਕਾਰਪੋਰੇਸ਼ਨ ਬੋਰਡ ਘੁਟਾਲੇ ਤੇ ਫਰੀਡਮ ਪਾਰਕ ਦੇ ਕਥਿਤ ਘੁਟਾਲੇ ਨੂੰ ਲੈ ਕੇ ਪ੍ਰਦਰਸ਼ਨ। ਬੀਜਾਪੁਰ ਜ਼ਿਲ੍ਹੇ ਦੇ ਵਿੱਚ ਨਕਸਲੀਆਂ ਦੇ ਵੱਲੋਂ ਧਮਾਕੇ ਵਿੱਚ 2 ਸੁਰੱਖਿਆ ਮੁਲਾਜ਼ਮਾਂ ਦੀ ਮੌਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਨੂੰ ਦੇਓ ਸਾਈ ਨੇ ਕੀਤਾ ਸੋਗ ਪ੍ਰਗਟ। ਪੁਣੇ ਦਿਹਾਤੀ ਪੁਲਿਸ ਨੇ IAS ਸਿਖਿਆਰਥੀ ਪੂਜਾ ਦੀ ਮਾਂ ਮਨੋਰਮਾ ਨੂੰ ਮਹਾੜ ਦੇ ਵਿੱਚ ਕੀਤਾ ਨਜ਼ਰਬੰਦ। ਦਿੱਲੀ ਅਦਾਲਤ ਨੇ 5
ਓਮਾਨ ਤੇਲ ਟੈਂਕਰ ਹਾਦਸੇ ਤੋਂ ਬਚਾਇਆ ਗਿਆ 8 ਭਾਰਤੀ, ਰੈਸਕਿਊ ਕੀਤੇ ਗਏ 9 ਕਰੂ ਮੈਂਬਰਾਂ ਦੇ ਵਿੱਚ 8 ਭਾਰਤੀ। ਸਪਾ ਦੇ ਅਖਿਲੇਸ਼ ਯਾਦਵ ਨੇ ਯੂਪੀ ਦੀ ਭਾਜਪਾ ਸਰਕਾਰ ਤੇ ਲਈ ਚੁਟਕੀ, ਕਿਹਾ 100 ਵਿਧਾਇਕ ਲਿਆਓ ਅਤੇ ਉੱਤਰ ਪ੍ਰਦੇਸ਼ ਦੀ ਸਰਕਾਰ ਬਣਾਓ। ਮੁੰਬਈ ਚ ਜਾਰੀ ਲਗਾਤਾਰ ਮੀਂਹ, ਸ਼ਹਿਰ ਦੇ ਕੁਝ ਹਿੱਸਿਆਂ ਵਿਚ ਭਰਿਆ ਪਾਣੀ, ਮੀਂਹ ਦੇ ਨਾਲ ਗਰਮੀ ਤੋਂ ਮਿਲੀ ਰਾਹਤ। ਜਾਤੋਂ ਰਾਖੇ ਸਾਈਆਂ ਮਾਰ ਸਕੇ ਨਾ ਕੋਈ, ਦਿੱਲੀ ਏਅਰਪੋਰਟ ਤੇ ਬਜ਼ੁਰਗ ਨੂੰ ਪਿਆ ਦਿਲ ਦਾ ਦੌਰਾ, ਮਹਿਲਾ ਡਾਕਟਰ ਬਣੀ ਦੂਤ, CPR ਦੇ ਕੇ ਬਚਾਈ ਜਾਨ। ਆਸਾਮ ਦੇ ਵਿੱਚ ਹੜ੍ਹ ਦਾ ਪਾਣੀ ਘਟਣ ਦੇ ਬਾਵਜੂਦ ਲੋਕਾਂ ਦੀਆਂ ਮੁਸ਼ਕਿਲਾਂ ਅਜੇ ਵੀ ਜਾਰੀ, ਗੋਲਪਾੜਾ ਜ਼ਿਲ੍ਹੇ ਦੇ ਵਿੱਚ ਬਹੁਤ ਸਾਰੇ ਲੋਕ ਅਜੇ ਵੀ ਸੜਕਾਂ ਤੇ ਬੰਨਾਂ ਉੱਤੇ ਰਹਿ ਰਹੇ। ਪਾਕਿਸਤਾਨ ਦੇ ਖਿਡਾਰੀਆਂ ਨੂੰ ਗਲੋਬਲ T20 ਕੈਨੇਡਾ ਦੇ ਲਈ NOC ਮਿਲਣ ਦੀ ਨਹੀਂ ਸੰਭਾਵਨਾ, ਪਾਕਿਸਤਾਨ ਬੰਗਲਾਦੇਸ਼ ਖਿਲਾਫ 2 ਮੈਚਾਂ ਲਈ ਖੇਡੇਗਾ ਟੈਸਟ ਸੀਰੀਜ਼। ਆਸਟ੍ਰੇਲੀਆ ਨੇ ਸੱਟ ਦੀ ਪੁਸ਼ਟੀ ਕਰਨ ਦੇ ਲਈ ਇੱਕ ਅਧਿਕਾਰਿਤ ਬਿਆਨ ਕੀਤਾ ਜਾਰੀ, ਆਸਟ੍ਰੇਲੀਆ ਦੀ ਸੋਫੀ ਦੀ ਪਸਲੀ ਹੋਈ ਗੰਭੀਰ ਫ੍ਰੈਕਚਰ। ਸੂਰਿਆ ਕੁਮਾਰ ਯਾਦਵ ਦੀ ਕਪਤਾਨ ਵਜੋਂ ਨਿਯੁਕਤੀ ਤੇ ਬੋਲੇ ਸੂਰਿਆ ਕੁਮਾਰ ਦੇ ਬਚਪਨ ਦੇ ਕੋਚ, ਕਿਹਾ ਬਹੁਤ ਮਾਣ ਵਾਲੀ ਗੱਲ, ਵਿਸ਼ਵ ਕੱਪ ਤੋਂ ਬਾਅਦ ਰੋਹਿਤ ਸ਼ਰਮਾ ਦੇ ਅਸਤੀਫੇ ਤੋਂ ਬਾਅਦ ਹੋਇਆ ਸੀ ਅਹੁਦਾ ਖਾਲੀ। ਮਹਿਲਾ ਏਸ਼ੀਆ ਕੱਪ 2024 ਦੀ ਸ਼ੁਰੂਆਤ ਤੋਂ ਬੋਲੇ ਬੱਲੇਬਾਜ਼ ਸਮ੍ਰਿਤੀ ਮੰਦਾਨਾ, ਕਿਹਾ ਉਹ ਸਿਰਫ ਬਾਲ ਦੀ ਯੋਗਤਾ ਦੇ ਅਨੁਸਾਰ ਹੀ ਖੇਡਦੀ ਹੈ। ਮਹਿਲਾ ਏਸ਼ੀਆ ਕੱਪ ਤੋਂ ਪਹਿਲਾਂ ਭਾਰਤੀ ਗੇਂਦਬਾਜ਼ ਰੇਣੂਕਾ ਸਿੰਘ ਨੇ ਕਿਹਾ ਉਹ ਸਿਰਫ ਚੰਗੀ ਗੇਂਦਬਾਜ਼ੀ ਕਰਨ ਤੇ ਧਿਆਨ ਦਿੰਦੀ ਹੈ। ਇੰਗਲੈਂਡ ਦੇ ਸਾਬਕਾ ਕ੍ਰਿਕਟਰ ਮਾਰਕ ਬੁਚਰ ਨੇ ਐਟਕਿੰਸਨ ਤੇ ਜੈਮੀ ਦੀ ਕੀਤੀ ਸ਼ਲਾਘਾ, ਇੰਗਲੈਂਡ ਨੇ ਵੈਸਟ ਇੰਡੀਜ਼ ਨੂੰ 114 ਦੌੜਾਂ ਦੇ ਨਾਲ ਹਰਾਇਆ। ਇੰਗਲੈਂਡ ਨੂੰ ਦੂਜੇ ਟੈਸਟ ਮੈਚ ਦੌਰਾਨ ਟੀਮ ਦੇ ਵਿੱਚ ਕਰਨਾ ਪੈ ਸਕਦਾ ਬਦਲਾਅ, ਬੱਲੇਬਾਜ਼ ਬੇਨ ਡ੍ਰੇਕ ਨੇ ਕੀਤੀ ਤਿਆਰੀ। ਆਲਰਾਊਂਡਰ ਹਾਰਦਿਕ ਪਾਂਡਿਆ ਨੇ ਵਿਸ਼ਵ ਕੱਪ ਦੇ ਸਫ਼ਰ ਤੇ ਸਰੀਰ ਦੇ ਬਦਲਾਅ ਦੱਸਿਆ, ਵਿਸ਼ਵ ਕੱਪ ਜਿੱਤਣ ਤੋਂ ਬਾਅਦ ਪਾਂਡਿਆ ਦਾ ਵਡੋਦਰਾ ਦੇ ਵਿੱਚ ਹੋਇਆ ਸੀ ਸਵਾਗਤ। ਭਾਰਤੀ ਆਲਰਾਊਂਡਰ ਰਵਿੰਦਰ ਜਡੇਜਾ ਨੇ ਆਪਣੀ ਮਾਲਤਾ ਨੂੰ ਕੀਤਾ ਯਾਦ, ਦਿਲ ਨੂੰ ਛੂਹਣ ਵਾਲੇ